ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਇੰਸਪੈਕਟਰ ਸੁਰਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਭਾਈ ਰਣਧੀਰ ਸਿੰਘ ਨਗਰ ਦੇ ਭਗਤ ਨਾਮਦੇਵ ਚੌਂਕ ਵਿਖੇ ਸਪੈਸ਼ਲ ਨਾਕਾਬੰਦੀ ਦੌਰਾਨ I-20 ਕਾਰ ਸਵਾਰ ਤਿੰਨ ਨੌਜਵਾਨਾਂ ਕੋਲੋਂ 1 ਕਿਲੋ 500 ਗ੍ਰਾਮ ਹੈਰੋਇਨ ਦੇ ਨਾਲ ਨਾਲ 1,25,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ AIG ਸਨੇਹਦੀਪ ਸ਼ਰਮਾ ਨੇ ਦੱਸਿਆ ਕਿ SDF ਕੋਲ ਪੱਕੀ ਸੂਚਨਾ ਸੀ ਕਿ ਤਿੰਨ ਵਿਅਕਤੀ ਬਾਰਡਰ ਏਰੀਆ ਤੋਂ ਸਸਤੇ ਰੇਟ ਤੇ ਹੈਰੋਇਨ ਲਿਆ ਕੇ ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਮਹਿੰਗੇ ਰੇਟ ਤੇ ਸਪਲਾਈ ਕਰਦੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਫੜੇ ਗਏ ਆਰੋਪੀਆਂ ਦੀ ਪਹਿਚਾਣ ਦਲਵਿੰਦਰ ਸਿੰਘ ਉਰਫ ਜੀਤੀ, ਵਰਿੰਦਰ ਸਿੰਘ ਬੰਟੀ ਅਤੇ ਸੰਦੀਪ ਸਿੰਘ ਉਰਫ ਟੋਪ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਕਿਹਾ ਕਿ ਦੋ ਆਰੋਪੀਆਂ ਤੇ ਪਹਿਲਾਂ ਵੀ ਕਈ ਸੰਗੀਨ ਮਾਮਲੇ ਦਰਜ ਹਨ। ਸ਼ਰਮਾ ਨੇ ਕਿਹਾ ਕਿ ਇੱਕ ਆਰੋਪੀ ਕਈ ਮਾਮਲਿਆਂ ਵਿਚ ਭਗੋੜਾ ਵੀ ਹੈ। ਫਿਲਹਾਲ ਆਰੋਪੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਹੋਰ ਵੱਡੇ ਖੁਲਾਸੇ ਕੀਤੇ ਜਾ ਸਕਣ। ਅੱਜ SPF ਯੂਨਿਟ ਲੁਧਿਆਣਾ ਨੇ ਇੱਕ FIR ਰਜਿਸਟਰ ਕੀ ਹੈ 58 ਨੰਬਰ ਇਨ PS ਸਰਾਭਾ ਨਗਰ, ਜਿਸ ਮੇਂ ਤਿੰਨ ਵਿਅਕਤੀ ਅਰੈਸਟ ਕੀਤੇ ਗਏ ਹੈ, ਜਿਨਕੇ ਪਾਸ ਸੇ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀ ਗਈ ਹੈ ਔਰ 1.25 ਲੱਖ ਰੁਪੀਜ਼ ਐਜ ਡਰੱਗ ਮਨੀ ਵਾਸਤੇ ਰਿਕਵਰ ਕੀ ਹੈ। ਇੰਪੋਰਟੈਂਟ ਬਾਤ ਇਸ ਮੇਂ ਯੇ ਹੈ ਕਿ ਇਸ ਮੇਂ ਤਿੰਨੋਂ ਅਕਿਊਜ਼ ਜੋ ਹੈ ਵੋ ਕ੍ਰਿਮੀਨਲ ਹੈ, ਪੁਰਾਣੇ ਕ੍ਰਿਮੀਨਲ ਹੈ। ਜੋ ਦਲਵਿੰਦਰ ਸਿੰਘ ਐਲੀਅਸ ਜੀਤੀ ਹੈ ਵੋ ਤਿੰਨ ਮੁਕੱਦਮੋਂ ਮੇਂ 1-302 ਕੇ, 1 ਅਟੈਂਪਟ ਟੂ ਮਰਡਰ ਕੇ ਕੇਸ ਮੇਂ ਔਰ 1 NDPS ਕੇਸ ਮੇਂ ਪ੍ਰੋਕਲੇਮਡ ਅਫੈਂਡਰ ਹੈ। ਨੰਬਰ 2 ਜੋ ਦਵਿੰਦਰ ਸਿੰਘ ਔਰ ਸੰਦੀਪ ਸਿੰਘ, ਇਹ ਦੋ ਹੈ, ਇਹ ਦੋਨੋਂ ਕੇ ਦੋਨੋ ਕ੍ਰਿਮੀਨਲ ਜੋ ਹੈ, ਇਹ ਵੀ 302 ਮੇਂ 1 ਬੇਲ ਕੇ ਉੱਪਰ ਹੈ ਔਰ ਦੂਸਰਾ ਕੋਰਟ ਸੇ ਐਬਸੈਂਟ ਹੈ। ਇਨਕਾ ਇਸਕਾ ਓਰੀਜਨ ਪਾਕਿਸਤਾਨੀ ਹੈ ਜੀ, ਲੇਕਿਨ ਇਸ ਹਮਨੇ ਟਰੈਕ ਕਰ ਲਿਆ ਇਸਕਾ ਰੂਟ ਕਿਆ ਹੈ ਇਸਕਾ ਔਰ ਵੀ ਆਰ ਵਰਕਿੰਗ ਓਨ ਇਟ। ਬਿਊਰੋ ਰਿਪੋਰਟ, ਲੁਧਿਆਣਾ ਵਿਊ।